ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ, ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਦੋਸਤੋ, ਸਰਕਾਰੀ ਕਰਮਚਾਰੀਆਂ ਨੂੰ ਬੜੀ ਵੱਡੀ ਸੌਗਾਤ ਮਿਲੀ ਹੈ। ਕਰਮਚਾਰੀਆਂ ਦੇ ਯਾਤਰਾ ਭੱਤੇ ਅਤੇ ਦੈਨਿਕ ਭੱਤਿਆਂ ਦੀਆਂ ਦਰਾਂ ਦੇ ਵਿੱਚ ਵਿੱਤ ਵਿਭਾਗ ਦੇ ਵੱਲੋਂ ਸੰਸ਼ੋਧਨ ਕੀਤਾ ਗਿਆ। ਇਸ ਸੰਬੰਧ ਵਿੱਚ ਵਿੱਤ ਵਿਭਾਗ ਨੇ ਆਪਣੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ। ਵਿੱਤ ਵਿਭਾਗ ਦੇ ਵੱਲੋਂ ਜਾਰੀ ਆਦੇਸ਼ਾਂ ਦੇ ਅਨੁਸਾਰ ਹੁਣ ਕਰਮਚਾਰੀਆਂ ਦੇ ਯਾਤਰਾ ਭੱਤਿਆਂ ਦੇ ਵਿੱਚ ਬਦਲਾਵ ਕੀਤਾ ਗਿਆ ਹੈ। ਇਸ ਆਦੇਸ਼ ਅਨੁਸਾਰ ਸੜਕ ਯਾਤਰਾ ਕਰਨ ਲਈ ਏ, ਬੀ ਅਤੇ ਸੀ ਸ਼੍ਰੇਣੀ ਦੇ ਸਰਕਾਰੀ ਕਰਮਚਾਰੀ ਏਸੀ ਬੱਸ ਦੀ ਯਾਤਰਾ ਦੇ ਲਈ ਐਲੀਜੀਬਲ ਹੋਣਗੇ। ਉੱਥੇ ਹੀ ਸ਼੍ਰੇਣੀ ਡੀ ਦੇ ਕਰਮਚਾਰੀ ਨੌਨ ਡੀਲੈਕਸ ਅਤੇ ਨੌਨ ਏਸੀ ਬੱਸ ਦੀ ਯਾਤਰਾ ਦੇ ਲਈ ਐਲੀਜੀਬਲ ਹੋਣਗੇ। ਇਸ ਦੇ ਨਾਲ ਹੀ ਹਵਾਈ ਯਾਤਰਾ ਕਰਨ ਦੇ ਲਈ ਦੇਸ਼ ਦੇ ਅੰਦਰ ਅਗਰ ਉਹ ਯਾਤਰਾ ਹੈ ਤਾਂ ਇਸ ਦੇ ਲਈ ਵੀ ਕਰਮਚਾਰੀ ਐਲੀਜੀਬਲ ਹੋਣਗੇ। ਪੇ ਲੈਵਲ 14 ਯਾਨੀ ਕਿ 7600 ਗ੍ਰੇਡ ਪੇ ਜਾਂ ਇਸ ਤੋਂ ਅਧਿਕ ਵੇਤਨ ਪ੍ਰਾਪਤ ਕਰਨ ਵਾਲੇ ਕਰਮਚਾਰੀ ਦੇਸ਼ ਦੇ ਅੰਦਰ ਇਕਨੋਮਿਕ ਕਲਾਸ ਦੀ ਯਾਤਰਾ ਕਰਨ ਦੇ ਲਈ ਐਲੀਜੀਬਲ ਹੋਣਗੇ। ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹਨਾਂ ਭੱਤਿਆਂ ਦੇ ਵਿੱਚ ਬਦਲਾਵ ਛੱਤੀਸਗੜ੍ਹ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਲਈ ਕੀਤਾ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਅਗਰ ਕਰਮਚਾਰੀ ਖੁਦ ਦੀ ਕਾਰ ਵਾਹਨ ਤੋਂ ਯਾਤਰਾ ਕਰਦੇ ਨੇ ਤਾਂ ਪ੍ਰਤੀ ਕਿਲੋਮੀਟਰ ਦੀ ਦਰ ਦੇ ਨਾਲ 12 ਰੁਪਏ ਦਿੱਤੇ ਜਾਣਗੇ, ਔਰ ਅਗਰ ਉੱਥੇ ਹੀ ਕਰਮਚਾਰੀ ਏਸੀ ਟੈਕਸੀ ਦੀ ਯਾਤਰਾ ਕਰਦਾ ਹੈ ਤਾਂ ਪ੍ਰਤੀ ਕਿਲੋਮੀਟਰ ਦੀ ਦਰ ਨਾਲ 14 ਰੁਪਏ ਜਿਹੜੇ ਆ ਉਸਨੂੰ ਦਿੱਤੇ ਜਾਣਗੇ। ਇਹ ਯਾਤਰਾ ਭੱਤੇ ਦੇ ਵਿੱਚ ਜੋ ਸੰਸ਼ੋਧਨ ਹੈ ਉਹ ਛੱਤੀਸਗੜ੍ਹ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਲਈ ਕੀਤਾ ਹੈ ਅਤੇ ਇੱਕ ਬਹੁਤ ਵੱਡੀ ਸੌਗਾਤ ਜਿਹੜੀ ਹੈ ਉਹ ਛੱਤੀਸਗੜ੍ਹ ਸਰਕਾਰ ਨੇ ਆਪਣੇ ਕਰਮਚਾਰੀਆਂ ਦੇ ਲਈ ਦਿੱਤੀ ਹੈ। ਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ 'ਤੇ ਨਵੇਂ ਹੋ ਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋ ਥੈਂਕ ਯੂ।